ਪੰਜਾਬ ਦੇ ਅੰਦਰ ਜਿਹੜੀ ਵਿਜੀਲੈਂਸ ਪੁਲਿਸ ਆ ਉਹ ਸਭ ਤੋਂ ਵੱਡੀ ਠੱਗ ਆ। ਸਾਡੀ ਲੜਾਈ ਕੈਪਟਨ ਨਾਲ ਨਹੀਂ, ਸਾਡੀ ਲੜਾਈ ਕਿਸੇ ਸਤਿਕਾਰਯੋਗ ਅਫਸਰ ਨਾਲ ਨਹੀਂ, ਸਾਡੀ ਲੜਾਈ ਬਾਦਲਾਂ ਦੇ ਨਾਲ ਨਹੀਂ, ਸਾਡੀ ਲੜਾਈ ਹੈ ਸਿਸਟਮ ਦੇ ਅੰਦਰ ਜਿਹੜੀ ਰਿਸ਼ਵਤ ਹੈ, ਕਰਪਸ਼ਨ ਹੈ, ਲੁੱਟ ਮਾਫੀਆ, ਉਸ ਲੁੱਟ ਮਾਫੀਆ ਦੇ ਖਿਲਾਫ ਸਾਡੀ ਲੜਾਈ ਹੈ। ਇਹਨਾਂ ਮੰਤਰੀਆਂ ਦੀ ਐਡੀ ਜੁਰਤ ਤੇ ਔਕਾਤ ਨਹੀਂ ਸੀ, ਇਹਨਾਂ ਦੀ ਐਡੀ ਹਿੰਮਤ ਨਹੀਂ ਸੀ ਵੀ ਆਪਣੇ ਤੌਰ ਤੇ ਐਡੀ ਵੱਡੀ ਠੱਗੀ ਕਰ ਜਾਣ। ਇਹਦੇ ਕਨੈਕਸ਼ਨ ਜਿਹੜੇ ਉਹ ਬਾਦਲ ਫੈਮਿਲੀ ਦੇ ਨਾਲ ਜਾ ਕੇ ਲੜਨੇ ਹੀ ਲੜਨੇ। ਬੜਾ ਇੰਪੋਰਟੈਂਟ ਇਸ਼ੂ ਸਿੰਚਾਈ ਕੱਪੜਾ, ਜਿਹੜਾ ਪਿਛਲੇ 3-4 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੀ ਪੱਧਰ ਤੇ ਉਹ ਸਟੇਟਮੈਂਟ ਜਿਹਨੂੰ ਇੱਕ ਪੰਜਾਬ ਪੁਲਿਸ ਦਾ IPS ਅਧਿਕਾਰੀ AIG ਤਸਦੀਕ ਕਰਦਾ, ਜਿਹਦੇ ਵਿੱਚ ਦੋ ਗਵਾਹ KC ਸ਼ਰਮਾ ਤੇ ਰਕੇਸ਼ ਕੁਮਾਰ, ਇਹ ਬਿਆਨ ਹੈਗਾ ਗੁਰਿੰਦਰ ਸਿੰਘ ਉਰਫ ਪਾਪਾ, ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਬਹੁਤ ਵੱਡੀ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਅੰਦਰ। ਅਫਸੋਸ ਇਸ ਗੱਲ ਦਾ ਹੈ ਕਿ ਇਹ ਬਹੁਤ ਕਰੋੜੀ ਕੱਪੜਾ, ਸਿੰਚਾਈ ਕੱਪੜਾ ਤੇ ਸੂਬੇ ਦੀ ਵਿਜੀਲੈਂਸ ਇਹਦੀ ਤਹਿਕੀਕਾਤ ਕਰੇ ਤੇ ਮਿਤੀ 21/12/2017 ਡਾਕੂਮੈਂਟ ਅੱਜ ਕਿਸੇ ਸੁਹਿਰਦ ਸੱਜਣ ਦੇ ਯਤਨਾਂ ਸਦਕਾ ਸੋਸ਼ਲ ਮੀਡੀਆ ਤੇ ਪਿਛਲੇ 3-4 ਦਿਨ ਤੋਂ ਵਾਇਰਲ ਹੋਇਆ। ਇਹਦੇ ਵਿੱਚ ਜੇ ਮੈਂ ਪੜ੍ਹ ਕੇ ਸੁਣਾਵਾਂ, ਇੱਕ FIR ਦਰਜ ਹੋਈ, ਆਪਾਂ ਨੂੰ ਸਾਰਿਆਂ ਨੂੰ ਪਤਾ ਸਿੰਚਾਈ ਕੱਪੜਾ 300 ਕਰੋੜ ਤੋਂ ਵੱਡਾ ਕੱਪੜਾ, ਇਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਆ ਜਿਹਦਾ ਨਿਕਨੇਮ ਪਾਪਾ ਗੁਰਿੰਦਰ ਸਿੰਘ ਔਰ ਪਾਪਾ, ਉਹ ਆਪਣੇ ਕਵਾਲੀਆ ਬਿਆਨ ਦੇ ਵਿੱਚ ਇਹ ਗੱਲ ਲਿਖਾ ਰਿਹਾ, ਜਿਹਨੂੰ ਤਸਦੀਕ IPS ਅਧਿਕਾਰੀ ਕਰ ਰਿਹਾ, ਜਿਹਦੇ ਵਿੱਚ ਦੋ ਗਵਾਹੀਆਂ ਨੇ, ਕਿ ਮੈਂ ਕੰਮ ਲੈਣ ਵਾਸਤੇ, ਅਲਾਟਮੈਂਟ ਲੈਣ ਵਾਸਤੇ ਵਰਕ ਆਰਡਰ ਲਈ, ਫਿਰ ਬਿੱਲ ਪੇਮੈਂਟ ਲੈਣ ਵਾਸਤੇ ਤੇ ਫਿਰ ਮਸ਼ੀਨਰੀ ਖਰੀਦਣ ਵਾਸਤੇ ਸਮੇਂ ਦੇ ਕਿਹੜੇ ਕਿਹੜੇ ਸੱਤਾਧਾਰੀ ਮੰਤਰੀਆਂ ਨੂੰ ਰਿਸ਼ਵਤ ਦਿੱਤੀ ਹੈ ਤੇ ਕਿਹੜੇ ਕਿਹੜੇ IAS ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ। ਸੋ ਪਹਿਲਾਂ ਮੈਂ ਹਲਕਾ ਜਿਹਾ ਤੁਹਾਨੂੰ ਪੜ੍ਹ ਕੇ ਜ਼ਰੂਰ ਸੁਣਾਊਂਗਾ। ਇਹਦੇ ਵਿੱਚ ਸ਼੍ਰੀ KVS ਸਿੱਧੂ 5 ਕਰੋੜ ਤੇ 50 ਲੱਖ ਰੁਪਈਆ, ਨਾਲ ਮੈਂ ਤੁਹਾਨੂੰ ਉਹਦੀ ਕਾਪੀ ਦੇਣੀ ਆ, ਨਾਲ ਮੈਂਸ਼ਨ ਕੀਤਾ ਵੀ ਇਹ 5 ਕਰੋੜ 50 ਲੱਖ ਰੁਪਈਆ ਅਲਾਟਮੈਂਟ ਆਫ ਵਰਕ ਲਈ ਗਿਆ, ਬਿੱਲ ਪੇਮੈਂਟ ਬਿੱਲ ਕਲੀਅਰ ਕਰਨ ਲਈ ਗਿਆ, ਜਾਂ ਫਿਰ ਮਸ਼ੀਨਰੀ ਦੀ ਖਰੀਦੋ ਫਰੋਖਤ ਵੇਲੇ ਜਿਹੜੀ ਉਹਨਾਂ ਨੂੰ ਪਰਸੈਂਟੇਜ ਗਈ ਉਹਦੇ ਲਈ ਗਿਆ। ਦੂਜੇ ਨੰਬਰ ਤੇ ਆਉਂਦੇ ਆ ਸ਼੍ਰੀ ਸਰਵੇਸ਼ ਕੌਸ਼ਲ IAS, ਉਹ IAS ਨੂੰ 8 ਕਰੋੜ ਤੇ 50 ਲੱਖ ਰੁਪਈਆ, ਸਰਵੇਸ਼ ਕੌਸ਼ਲ IAS ਨੂੰ 8 ਕਰੋੜ 50 ਲੱਖ ਰੁਪਈਆ। ਤੇ ਤੀਸਰੇ ਨੰਬਰ ਤੇ ਆਉਂਦੇ ਆ ਸ਼੍ਰੀ ਕਾਨ ਸਿੰਘ ਪੰਨੂ IAS, ਇਹਨਾਂ ਨੂੰ ਗਿਆ ਜੀ 7 ਕਰੋੜ ਰੁਪਈਆ। ਔਰ ਉਸ ਤੋਂ ਅੱਗੇ ਇਸ ਵਾਲੀਆ ਬਿਆਨ ਦੇ ਵਿੱਚ ਇਹਨੂੰ ਇੱਕ IPS ਪੁਲਿਸ ਦਾ ਅਧਿਕਾਰੀ ਤਸਦੀਕ ਕਰ ਰਿਹਾ, ਐਂਡ ਜਿਹਦੇ ਉੱਤੇ ਰਕੇਸ਼ ਕੁਮਾਰ ਤੇ KC ਸ਼ਰਮਾ ਦੀਆਂ ਗਵਾਹੀਆਂ ਪਾਈਆਂ ਗਈਆਂ ਨੇ। ਤੀਸਰੇ ਨੰਬਰ ਤੇ ਆਉਂਦੇ ਆ ਸ਼੍ਰੀ ਸਹਿਜਪਾਲ ਮਾਂਗਟ,
ਪੀਏ ਉਪਲੀਕ ਓਐਸਡੀ 2 ਮਿਨਿਸਟਰ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ 2.5 ਕਰੋੜ ਰੁਪਈਆ। ਪੰਜਵੇਂ ਨੰਬਰ ਤੇ ਆਉਂਦੇ ਆ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਮਿਨਿਸਟਰ 7.35 ਕਰੋੜ ਰੁਪਈਆ। ਔਰ 8ਵੇਂ ਨੰਬਰ ਤੇ ਆਉਂਦੇ ਆ ਸ਼੍ਰੀ ਜਨਮੇਜਾ ਸਿੰਘ ਸੇਖੋਂ ਮਿਨਿਸਟਰ 4 ਕਰੋੜ ਰੁਪਈਆ। ਔਰ 9ਵੇਂ ਨੰਬਰ ਤੇ ਆਉਂਦੇ ਆ ਧਮਾਨ ਪੀਏ 2 ਸ਼੍ਰੀ ਜਨਮੇਜਾ ਸਿੰਘ ਸੇਖੋਂ 50 ਲੱਖ ਰੁਪਈਆ। ਹੁਣ 300 ਕਰੋੜ ਰੁਪਈਏ ਦਾ ਕੰਮ, 300 ਕਰੋੜ ਰੁਪਈਏ ਦਾ ਗਬਨ, ਤੇ ਇਹ 300 ਕਰੋੜ ਰੁਪਈਏ ਦੇ ਵਿੱਚੋਂ ਰਿਸ਼ਵਤ ਕਿਹੜੀ ਕਹੀ ਹੈ ਤੁਸੀਂ ਤਾਜ਼ਾ ਅੰਦਾਜ਼ਾ ਮੋਟੇ ਤੌਰ ਤੇ ਲਾ ਸਕਦੇ ਹਾਂ ਆਪਾਂ ਕਿ ਮੌਕੇ ਦੇ ਉੱਤੇ ਦਾ ਮਤਲਬ ਕੋਈ ਕੰਮ ਜੋ ਲੋਕਾਂ ਦੇ ਮਨ ਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਦਾ ਇੱਕ ਵਿਊ ਬਣਿਆ ਹੋਇਆ ਨਾ, ਪ੍ਰਤੀਬਿੰਬ ਬਣਿਆ ਹੋਇਆ ਕਿ ਸਿਰਫ ਕਾਗਜ਼ਾਂ ਦੇ ਵਿੱਚ ਹੀ ਨਹਿਰਾਂ ਨਾਲੇ ਕਸੀਆਂ ਦੀ ਸਫਾਈ ਕਰਦੇ ਆ, ਇਹ ਸਭ ਕੁਝ ਫਾਈਲਾਂ ਦੇ ਵਿੱਚ ਹੀ ਕਰਦੇ ਆ। ਇਹ ਜਿਹੜਾ ਸਕੈਮ ਹੈ, ਪਹਿਲਾ ਨੰਬਰ ਤਾਂ ਹੈਗਾ ਵੀ ਇਹ ਗੱਲ ਪੂਰਨ ਰੂਪ ਦੇ ਵਿੱਚ ਸਿੱਧ ਕਰਦਾ ਹੈ ਕਿ ਮੌਕੇ ਦੇ ਉੱਤੇ ਕੋਈ ਕੰਮ ਹੋਇਆ ਹੀ ਨਹੀਂ ਗਾ। IAS ਅਫਸਰਾਂ ਦਾ ਵੇਲੇ ਹੋਣਾ, ਸਮੇਂ ਦੇ ਸਰਕਾਰ ਦੇ 2 ਮੰਤਰੀਆਂ ਦੇ ਖੁਦ ਰਲੇ ਹੋਣਾ ਤੇ ਮੰਤਰੀਆਂ ਦੇ OSD ਦਾ ਰਲੇ ਹੋਣਾ, ਇਸ ਗੱਲ ਦਾ ਸਪਸ਼ਟ ਸੰਕੇਤ ਕਰਦੇ ਆ ਕਿ ਇਹ ਮੌਕੇ ਦੇ ਉੱਤੇ ਕੰਮ ਨਾ ਮਾਤਰ ਹੋਇਆ, ਕੋਈ 2-4-5-10% ਕੰਮ ਹੋਇਆ, ਬਾਕੀ ਸਾਰਾ ਕੁਝ ਫਾਈਲਾਂ ਦੇ ਵਿੱਚ। ਹੁਣ ਅਸਲ ਮੁੱਦੇ ਦੀ ਗੱਲ ਜਿਹੜੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2017 'ਚ ਆਉਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ 0% ਟਾਲਰੈਂਸ ਔਨ ਕਰਪਸ਼ਨ, ਭ੍ਰਿਸ਼ਟਾਚਾਰ ਮੁਕਤ ਪੰਜਾਬ, ਇਹ ਪੂਰਾ ਸਜਾ ਕੇ ਲਿਖਿਆ ਹੋਇਆ ਇਹਨਾਂ ਦੇ ਚੋਣ ਮੈਨੀਫੈਸਟੋ ਦੇ। ਐਂਡ ਇਹ ਜਿਹੜਾ ਵੱਡਾ ਸਕੈਮ ਹੈ, ਇਹ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਰਕਾਰ ਬਣਨ ਤੋਂ ਬਾਅਦ 21-12-2017 ਦਾ ਇਹ ਸੈਲਫ ਡੈਕਲਾਰੇਸ਼ਨ ਉਸ ਦੋਸ਼ੀ ਦਾ, ਨਾਮਜ਼ਦ ਦੋਸ਼ੀ ਦਾ ਗੁਰਿੰਦਰ ਸਿੰਘ ਔਰ ਭਾਪੇ ਦਾ, ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੀ ਨਹੀਂ ਲੱਗਿਆ। ਜਿਹੜਾ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾਂ ਆਪਣੀ ਪਾਰਟੀ ਦਾ 0% ਟਾਲਰੈਂਸ ਔਨ ਕਰਪਸ਼ਨ, ਉਹਨੂੰ ਪਤਾ ਹੀ ਨਹੀਂ ਲੱਗਿਆ। ਮੁੱਖ ਮੰਤਰੀ ਹੈ, ਇਹ ਸਭ ਪਤਾ ਸੀ, ਇਹ ਤਾਂ ਕਿਸੇ ਸਵੇਰ ਸੱਜਣ ਨੇ ਇਹਦੀ ਫੋਟੋ ਖਿੱਚ ਕੇ ਲੀਕ ਕਰਤਾ, ਨਹੀਂ ਇਹ ਦਫਨ ਸੀ, ਇਹ ਜਿਹੜਾ ਦਸਤਾਵੇਜ਼ ਹੈ ਦਫਨ ਹੋ ਜਾਂਦਾ। ਇਸ ਗੱਲ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕਰਪਸ਼ਨ ਦੇ ਖਿਲਾਫ ਘੇਰਾ ਬੇਨਕਾਬ, ਤੇ ਜਿਹੜੀ ਬਾਦਲਾਂ ਦੇ ਨਾਲ ਸੰਧੀ ਦੀ ਗੱਲ ਅਸੀਂ 2017 ਦੇ ਵਿੱਚ ਲੋਕਾਂ ਨੂੰ ਕਹਿੰਦੇ ਰਹੇ ਵੀ ਬਾਦਲ ਤੇ ਕੈਪਟਨ, ਉਹ ਗੱਲ ਜਿਹਨੇ ਨਵਜੋਤ ਸਿੱਧੂ ਦੀ ਕੁਰਸੀ ਖਾ ਲਈ ਬਠਿੰਡੇ ਦੇ ਵਿੱਚ ਆ ਕੇ, ਉਹਨੇ ਇਹੀ ਗੱਲ ਕਹੀ ਸੀ ਨਾ ਵੀ ਇਹ ਦੋਨੋਂ ਵੱਡੇ ਟੱਬਰਾਂ ਦੀ ਆਪਸ ਦੇ ਵਿੱਚ ਸੰਧੀ ਹੋਈ ਜਿਹੜੀ ਹੈ। ਹੁਣ ਮੂੰਹੋਂ ਮੂੰਹ ਹੀ ਲੋਕ ਮੰਨਦੇ ਆ, ਤੇ ਇਹ ਜਿਹੜਾ ਦਸਤਾਵੇਜ਼ 2017 ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਬਣਦੇ ਆ, ਪਰ ਬਾਦਲਾਂ ਦੇ ਲਾਡਲੇ 2 ਸ਼ਗਿਰਦ, ਬਾਦਲਾਂ ਦੇ ਪਰਿਵਾਰ ਦੇ ਬਹੁਤ ਖਾਸੋ ਖਾਸ ਮੰਤਰੀ ਸ਼ਰਨਜੀਤ ਢਿੱਲੋਂ ਤੇ ਜਨਮੇਜਾ ਸਿੰਘ ਸੇਖੋਂ, ਕਿਉਂਕਿ ਜੇ ਇਹਨਾਂ ਨੂੰ ਸੇਫ ਲੱਗਦਾ ਤੇ ਬਾਦਲਾਂ ਨੂੰ ਸੇਫ ਲੱਗਦਾ। ਇਹ ਜਿਹੜੀ ਤੰਗ ਤਾਣੀ ਆ, ਇਹ ਅਲਟੀਮੇਟਲੀ ਘੁੰਮਦੇ ਘੁਮਾਉਂਦੇ ਕਿੱਥੇ ਜਾਣੀ ਆ? ਇਹਨਾਂ ਮੰਤਰੀਆਂ ਦੀ ਐਡੀ ਜੁਰਤ ਤੇ ਔਕਾਤ ਨਹੀਂ ਸੀ, ਇਹਨਾਂ ਦੀ ਐਡੀ ਹਿੰਮਤ ਨਹੀਂ ਸੀ ਵੀ ਆਪਣੇ ਤੌਰ ਤੇ ਐਡੀ ਵੱਡੀ ਠੱਗੀ ਕਰ ਜਾਣ। ਇਹਦੇ ਕਨੈਕਸ਼ਨ ਜਿਹੜੇ ਉਹ ਬਾਦਲ ਫੈਮਿਲੀ ਦੇ ਨਾਲ ਜਾ ਕੇ ਲੜੇ ਹੋਣਗੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਮਜਬੂਰੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਾਦਲਾਂ ਦੇ ਨਾਲ ਸੰਧੀ ਹੈ, ਨਹੀਂ ਤਾਂ SPF ਦੀ ਰਿਪੋਰਟ
ਉਹ ਅਸੀਂ ਨਹੀਂ ਪੜ੍ਹੀ। ਉਸ ਵੇਲੇ ਦੀ ਕੈਬਨਿਟ ਦੇ ਵਿੱਚ ਵਜ਼ੀਰ ਸਿੱਧੂ ਨੇ ਮੀਡੀਆ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਈ, ਜਿਹਦੇ ਵਿੱਚ ਵਿਕਰਮ ਮਜੀਠੀਏ ਦਾ ਨਾਮ ਪੰਜਾਬ ਦੇ ਵਿੱਚ ਚਿੱਟਾ ਵੇਚਣ ਵਾਲੇ ਲੋਕਾਂ ਦੇ ਵਿੱਚ ਨੰਬਰ 1 ਦੇ ਉੱਤੇ ਸ਼ਾਮਲ। ਮੈਂ ਵਿਧਾਨ ਸਭਾ ਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਵੀ ਤੁਸੀਂ ਕਹਿੰਦੇ ਮਗਰਮੱਛ ਫੜ ਕੇ ਅਸੀਂ ਜੇਲ੍ਹਾਂ 'ਚ ਬੰਦ ਕਰਤੇ, ਬਚਿਆ ਹੀ ਕੋਈ ਨਹੀਂ, ਤੁਹਾਡੇ ਸਾਹਮਣੇ ਮਗਰਮੱਛ ਬੈਠਾ, ਇਹਨੂੰ ਕਿਉਂ ਨਹੀਂ ਫੜਦੇ? ਕਿਉਂਕਿ ਉੱਥੇ ਸੰਧੀ ਹੈ। ਸੋ ਇਹ ਸਕੈਮ ਨੰਬਰ 1 ਜਿਹੜੀ ਕੈਪਟਨ ਅਮਰਿੰਦਰ ਸਿੰਘ ਦਾ ਰਿਸ਼ਵਤ ਦੇ ਖਿਲਾਫ ਪੰਜਾਬ ਨੂੰ 0% ਟਾਲਰੈਂਸ ਔਨ ਕਰਪਸ਼ਨ, ਕਰਪਸ਼ਨ ਫ੍ਰੀ, ਭ੍ਰਿਸ਼ਟਾਚਾਰ ਮੁਕਤ ਪੰਜਾਬ, ਉਹਦਾ ਇਹ ਕਿਹੜਾ ਬੇਨਕਾਬ ਕਰਦਾ? ਨੰਬਰ 2 ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬਾਦਲਾਂ ਦੇ ਨਾਲ ਸੰਧੀ ਹੈ, ਉਸ ਸੰਧੀ ਦਾ ਜਿਉਂਦਾ ਜਾਗਦਾ ਸਬੂਤ ਹੈ। ਨੰਬਰ 3 ਪੰਜਾਬ ਦੇ ਵਿੱਚ ਸਰਕਾਰ ਕਿਹਦੀ ਹੈ? ਕੈਪਟਨ ਸਾਹਿਬ ਤਾਂ ਮੇਰਾ ਖਿਆਲ 11 ਵਜੇ ਤਿਆਰ ਹੁੰਦੇ ਆ, 3:30 ਫਿਰ ਢੋਲਕੀਆਂ ਛਾਣੇ ਫੜਕਣ ਲੱਗ ਜਾਂਦੇ ਆ। ਪੰਜਾਬ ਦੇ ਵਿੱਚ ਸਰਕਾਰ ਮੁੱਖ ਮੰਤਰੀ ਨਾਮ ਦੇ ਕੈਪਟਨ ਅਮਰਿੰਦਰ ਸਿੰਘ, ਪਰ ਸਰਕਾਰ ਇਹ ਬਾਬੂਆਂ ਦੀ ਹੈ। ਪੰਜਾਬ ਦੇ ਅੰਦਰ ਸਰਕਾਰ IAS ਅਫਸਰਾਂ ਦੀ ਹੈ, ਪੰਜਾਬ ਦੇ ਅੰਦਰ ਸਰਕਾਰ ਬਿਊਰੋਕ੍ਰੇਟਸ ਦੀ ਹੈ, ਪੰਜਾਬ ਦੇ ਅੰਦਰ ਸਰਕਾਰ ਸਰਕਾਰੀ ਮੁਲਾਜ਼ਮਾਂ ਦੀ ਹੈ। ਸੋ ਸਰਕਾਰੀ ਮੁਲਾਜ਼ਮਾਂ ਨੂੰ ਸੱਜੇ ਹੱਥ ਰੱਖਣ ਵਾਸਤੇ, ਸੋ ਇਹ ਕੈਪਟਨ ਸਿੰਘ ਜੋ ਕੈਪਟਨ ਅਮਰਿੰਦਰ ਸਿੰਘ ਦੀ ਜੋ ਮਰਜ਼ੀ ਚਾਲਾਂ ਚੱਲ ਲੈਣ, ਅਸੀਂ ਪੰਜਾਬ ਦੇ ਅੰਦਰੋਂ ਸਿਸਟਮ ਦੇ ਅੰਦਰ ਆਈ ਰਿਸ਼ਵਤਖੋਰੀ ਦੀ ਸਿਲਟ ਨੂੰ ਖਤਮ ਕਰਨ ਦੀ ਲੜਾਈ ਦੋਸਤੋ ਲੜ ਰਹੇ ਹਾਂ। ਸਾਡੀ ਲੜਾਈ ਕੈਪਟਨ ਨਾਲ ਨਹੀਂ, ਸਾਡੀ ਲੜਾਈ ਕਿਸੇ ਸਤਿਕਾਰਯੋਗ ਅਫਸਰ ਨਾਲ ਨਹੀਂ, ਸਾਡੀ ਲੜਾਈ ਬਾਦਲਾਂ ਦੇ ਨਾਲ ਨਹੀਂ, ਸਾਡੀ ਲੜਾਈ ਹੈ ਸਿਸਟਮ ਦੇ ਅੰਦਰ ਜਿਹੜੀ ਰਿਸ਼ਵਤ ਹੈ, ਕਰਪਸ਼ਨ ਹੈ, ਲੁੱਟ ਮਾਫੀਆ, ਉਸ ਲੁੱਟ ਮਾਫੀਆ ਦੇ ਖਿਲਾਫ ਸਾਡੀ ਲੜਾਈ ਹੈ। ਸੋ ਇਸ ਲੜਾਈ ਨੂੰ ਇੱਕ ਕਦਮ ਅੱਗੇ ਵਧਾਉਂਦੇ ਹੋਏ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਵੀ ਸਵੇਰੇ ਹੀ ਉਹਨਾਂ ਦੇ ਕਾਰ ਖੇਤਰ ਦੇ ਵਿੱਚ ਆ, ਜੇ ਉਹ ਪਾਕ ਤੇ ਸਾਫ਼ ਹੈ, ਜੇ ਉਹਨਾਂ ਦਾ ਬਾਦਲਾਂ ਦੇ ਨਾਲ ਰਹਿਮਾ ਨਹੀਂ ਗਾ, ਜੇ ਪੰਜਾਬ ਦੇ ਅੰਦਰ ਬਾਬੂਆਂ ਦੀ ਸਰਕਾਰ ਨਹੀਂ ਹੈਗੀ, ਜੇ ਉਹਨਾਂ ਦਾ 0% ਟਾਲਰੈਂਸ ਔਨ ਕਰਪਸ਼ਨ ਵਾਲਾ ਜਿਹੜਾ ਚਿਹਰਾ ਹੈਗਾ, ਜੇ ਉਹ ਵਾਕਿਆ ਹੀ ਸਹੀ ਹੈ, ਤੇ ਖੁਦ ਉਹਨਾਂ ਦੇ ਅਧਿਕਾਰ ਖੇਤਰ ਚਾਹੁੰਦਾ ਵੀ ਉਹ CBI ਨੂੰ ਜਾਂਚ ਬੂਟ ਕਰਨ, ਕਿਉਂਕਿ ਆਪਾਂ ਜਾਣਦੇ ਹਾਂ ਪੰਜਾਬ ਦੇ ਅੰਦਰ ਜਿਹੜੀ ਵਿਜੀਲੈਂਸ ਪੁਲਿਸ ਹੈ ਉਹ ਸਭ ਤੋਂ ਵੱਡੀ ਠੱਗ ਹੈ, ਲੁੱਟੂ ਏਜੰਸੀ ਹੈ, ਜਿਹੜੀ ਵੱਖ ਵੱਖ ਸਰਕਾਰੀ ਦਫ਼ਤਰਾਂ ਤੋਂ ਮਹੀਨੇ ਵਸੂਲ ਕਰਦੀ ਹੈ। ਕੋਈ ਮਹਾਤੜ ਬੰਦਾ ਚਲੇ ਜਾਏ ਕਿਸੇ ਬੇਈਮਾਨ ਅਫਸਰ ਦੀ ਸ਼ਿਕਾਇਤ ਲੈ ਕੇ, ਇਹ ਪਹਿਲਾਂ ਟੈਲੀਫੋਨ ਕਰਦੇ ਆ, ਜਿਹੜੀ ਵਿਜੀਲੈਂਸ ਆ ਪੰਜਾਬ ਦੀ, ਇਹ ਪਹਿਲਾਂ ਉਸ ਜਿਹਦੀ ਸ਼ਿਕਾਇਤ ਤੁਸੀਂ ਕਰਨ ਗਏ ਹੋ ਉਸ ਅਫਸਰ ਨੂੰ ਪਹਿਲਾਂ ਫੋਨ ਕਰਦੇ ਆ ਵੀ ਤੇਰੀ ਸ਼ਿਕਾਇਤ ਆ ਗਈ, ਅਲਰਟ ਹੋ ਜਾ। ਇਹ ਸਭ ਤੋਂ ਵੱਡੀ ਪੰਜਾਬ ਦੇ ਅੰਦਰ ਜਿਹੜੀ ਲੁਟੇਰੀ ਆ ਉਹ ਵਿਜੀਲੈਂਸ ਪੁਲਿਸ ਹੈ। ਇਹਦੇ ਵਿੱਚ ਉਹ ਵਿਜੀਲੈਂਸ ਪੁਲਿਸ ਨੇ ਕਿੰਨੇ ਸਮਾਨ ਛਕਿਆ ਉਹ ਤਾਂ ਇਹਦੇ ਵਿੱਚ ਦਰਜ ਨਹੀਂ ਹੈਗਾ, ਵੱਡੀ ਪੱਧਰ ਤੇ ਵਿਜੀਲੈਂਸ ਨੇ ਵੀ ਸਮਾਨ ਛਕਿਆ। ਕੋਈ ਇੱਕ ਚੇਨ ਸਨਿਚ ਕਿਸੇ ਔਰਤ ਦੀ ਚੇਨੀ ਲਾ ਲੈਂਦਾ, ਵਾਲੀਆਂ ਲਾ ਕੇ ਲੈ ਜਾਂਦਾ, ਪੁਲਿਸ ਦੋਸਤੋ 20 ਜੂਲਰ ਫੜ ਕੇ ਇਕੱਠੇ ਕਰ ਦਿੰਦੇ ਆ, 20 ਜੂਲਰਾਂ ਨੂੰ ਫੜ ਕੇ ਲਿਆਉਂਦੇ ਆ ਵੀ ਆ ਜਾਓ ਇਹ ਕਿਹਨੇ ਵੇਚੀ, ਕਿਹਨੇ ਖਰੀਦੀ, ਕਿਹਦੇ ਕੋਲੇ ਗਈ, ਉਦੋਂ ਅੱਗੇ ਕਿਹਦੇ ਕੋਲੇ ਗਈ, ਇੱਥੇ ਚੁੱਪ ਤੇ ਖਾਮੋਸ਼ ਵਿਜੀਲੈਂਸ ਪੁਲਿਸ ਜਿਹੜੀ ਖੁਦ ਰਿਸ਼ਵਤ ਦੇ ਵਿੱਚ ਗਲਤਾਨ ਹੈ, ਜਿਹੜੀ ਪੰਜਾਬ ਨੂੰ ਸਭ ਤੋਂ ਡੋਬਾ ਦੇਣ ਵਾਲੀ ਵੱਡੀ ਏਜੰਸੀ ਤੇ ਸਰਕਾਰੀ ਮਹਿਕਮਿਆਂ ਦੇ ਵਿੱਚੋਂ ਮਹੀਨਾ ਇਕੱਠਾ ਕਰਨ ਵਾਲੀ ਆ, ਉਹ ਨਿਆਂ ਨਹੀਂ ਦੇਗੀ ਇਸ ਵੱਡੇ ਸਕੈਂਡਲ ਦੇ ਵਿੱਚ। ਸੋ ਕੈਪਟਨ ਅਮਰਿੰਦਰ ਸਿੰਘ ਪਹਿਲੀ ਸਾਡੀ ਬੇਨਤੀ ਹੈ, ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਆ, ਮੈਂ ਅਪੀਲ ਕਰਦਾ ਚਾਹੇ ਅਸੀਂ ਵਿਧਾਨ ਸਭਾ ਦੇ ਵਿੱਚ ਟ੍ਰੈਜਰੀ ਬੈਂਚ ਦੇ ਨਹੀਂ ਸੀ, ਅਪੋਜੀਸ਼ਨ ਦੇ ਸਾਡੀ ਡਿਊਟੀ ਹੈ, ਮੈਂ ਉਹਨਾਂ ਨੂੰ ਅਪੀਲ ਕਰਦਾ ਮੁੱਖ ਮੰਤਰੀ ਸਾਹਿਬ ਇਹ ਤੁਰੰਤ CBI ਨੂੰ ਜਾਂਚ ਦੇ ਦਿਓ। ਜੇ ਤੁਸੀਂ CBI ਨੂੰ ਜਾਂਚ ਨਹੀਂ ਦਿਓਗੇ ਤੇ ਸਿਮਰਜੀਤ ਸਿੰਘ ਬੈਂਸ ਤੇ ਲੋਕ ਇਨਸਾਫ਼ ਪਾਰਟੀ ਹਾਈਕੋਰਟ ਜਾਏਗੀ, ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੱਕ ਪੈਰਵਾਈ ਕਰੇਗੀ, ਤਾਂ ਜਿਹੜੇ ਅਸਲ ਦੋਸ਼ੀ ਆ ਉਹ ਕਿਤੇ ਸ਼ਿਕੰਜੇ ਤੋਂ ਬਚ ਕੇ ਨਾ ਨਿਕਲ ਜਾਣ। ਵਿਜੀਲੈਂਸ ਨੇ ਕਿੰਨਾ ਪੈਸਾ ਛਕਿਆ,
ਕਿਹੜੇ ਕਿਹੜੇ ਮੰਤਰੀ ਦੇ ਲੁੱਟੇ ਹੋਏ ਪੈਸੇ ਕਿਹੜੇ ਕਿਹੜੇ ਵੱਡੇ ਘਰਾਂ ਨੂੰ ਗਏ ਆ। ਇਹ ਸਾਰੀਆਂ ਗੱਲਾਂ ਦਾ ਖੁਲਾਸਾ ਕਰਨ ਵਾਸਤੇ ਕੈਪਟਨ ਸਾਹਿਬ CBI ਨੂੰ ਜਾਂਚ ਦੇਣ, ਅਸੀਂ ਧੰਨਵਾਦ ਕਰਾਂਗੇ। ਤੇ ਜੇ CBI ਨੂੰ ਜਾਂਚ ਨਹੀਂ ਦੇਣਗੇ ਤੇ ਅਸੀਂ ਦੇਸ਼ ਦੀ ਸਰਵਉੱਚ ਅਦਾਲਤ ਤੱਕ ਜਾਣ ਦਾ ਪੰਜਾਬੀਆਂ ਦੇ ਨਾਲ ਐਲਾਨ ਕਰਦੇ ਹਾਂ। ਪਰ ਇਸ ਵੱਡੇ ਸਕੈਂਡਲ ਦੇ ਵਿੱਚ ਸ਼ਾਮਲ ਚਿਹਰਿਆਂ ਨੂੰ ਬੇਨਕਾਬ ਕਰਕੇ ਬਣਦੀਆਂ ਸਜ਼ਾਵਾਂ, ਇਹ ਨਹੀਂ ਵੀ ਗੱਲਾਂ ਤੁਸੀਂ ਠੇਕੇਦਾਰ ਵਰਿੰਦਰ ਸਿੰਘ ਭਾਪੇ ਦੀਆਂ ਜਿਦਾਦਾਂ ਜ਼ਬਤ ਕਰਨੀਆਂ। ਓਏ ਦੋਸਤੋ, ਜਿਹੜੇ ਮੰਤਰੀ ਹੈ, ਜਿਹੜੇ IAS ਹੈ, ਜਿਹੜੇ ਮੰਤਰੀਆਂ ਦੇ ਕਨੈਕਸ਼ਨ ਵੱਡੇ ਘਰਾਂ ਨਾਲ ਜੁੜਦੇ ਆ, ਉਹਨਾਂ ਦੀਆਂ ਜਿਦਾਦਾਂ ਕੌਣ ਕਰੂਗਾ? ਉਹਦਾ ਪੰਜਾਬੀ ਦੀ ਕਹਾਵਤ ਹੋ ਗਈ ਵੀ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੌਮੀ। ਤੁਸੀਂ ਆਪਣੇ ਵੱਡਿਆਂ ਦੇ ਹੱਕ ਦੇ ਹਕੂਕਾਂ ਵਾਸਤੇ ਲੋਕਾਂ ਦੇ ਦਿੱਤੇ ਟੈਕਸਾਂ ਦੇ ਕਰੋੜਾਂ ਅਰਬਾਂ ਰੁਪਏ ਦੇ ਸਕੈਂਡਲ ਕਰੋ ਤੇ ਕਾਰਵਾਈ ਇੱਕ ਸਿਰਫ ਠੇਕੇਦਾਰ ਦੇ ਉੱਤੇ, ਨਾ IAS, ਨਾ ਮੰਤਰੀ, ਨਾ ਮੰਤਰੀਆਂ ਦੇ OSD ਤੇ ਨਾ ਮੰਤਰੀਆਂ ਦੇ ਆਗੇ ਜਿਨ੍ਹਾਂ ਨੇ ਮੰਤਰੀ ਬਣਾਇਆ। ਸੋ ਇਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਹੈ, ਬੇਨਤੀ ਹੈ, ਜੇ ਨਹੀਂ ਕਰਨਗੇ ਫਿਰ ਅਸੀਂ ਮਾਨਯੋਗ ਹਾਈ ਕੋਰਟ ਤੇ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲ ਵੀ ਰੁੱਖ ਕਰਾਂਗੇ।